ਜੀ ਅਸੀਂ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ। ਖਾਨ ਸਾਹਿਬ, ਤੁਸੀਂ ਜਿਹੜੀ ਜਮਾਤ ਇਸਲਾਮੀ ਦਾ ਜ਼ਿਕਰ ਕੀਤਾ ਹੈ, ਉੱਥੋਂ ਦੀ ਜਮਾਤ ਇਸਲਾਮੀ ਪਾਵਰ 'ਚ ਆ ਪੈਂਦੀ ਹੈ, ਇੱਕ ਦਫ਼ਾ ਨਹੀਂ ਆਉਂਦੀ, ਦੋ ਤਰੇ ਦਫ਼ਾ ਆਉਂਦੀ ਹੈ, ਸਾਰੀ ਜਮਾਤ ਇਸਲਾਮੀ ਜਿਹੜੀ ਇਵੇਂ ਲੱਗਦਾ ਕਿ ਪੂਰੇ ਮੁਲਕ ਦਾ ਅਗਰ ਕੋਈ ਫਾਰਨ ਪਾਲਿਸੀ ਚੱਲਦੀ ਪਈ ਹੈ ਤਾਂ ਉਹਨਾਂ ਦਾ ਬਹੁਤ ਰੋਲ ਹੈ ਇਹ ਮੁਲਕ 'ਚ, ਅਗਰ ਤਾਲਿਬਾਨ ਆਉਂਦੇ ਪੈਣ ਉਹਨਾਂ ਦਾ ਬੜਾ ਰੋਲ ਹੈ, ਕਿੱਥੇ ਦੁਨੀਆ 'ਚ ਹਰਕਤ ਥੀਵੇ ਕੋਈ ਥੀਵੇ ਪਤਾ ਚੱਲੇ ਸਾਰੀ ਜਮਾਤ ਇਸਲਾਮੀ ਜਿਵੇਂ ਇਹ ਮੁਲਕ 62 ਸਾਲ ਤੋਂ ਹਕੂਮਤ ਕਰਦੀ ਪਈ ਕਿ ਸਾਰੀ ਫਾਰਨ ਇਹ ਚਾਹੁੰਦੇ ਸਾਰੀ ਫਾਰਨ ਪਾਲਿਸੀ ਸਾਰੀ ਮਰਜ਼ੀ ਨਾਲ ਬਣੇ, ਡੋਮੈਸਟਿਕ ਸਾਰੀ ਨਾਲ ਬਣੇ, ਬਟ ਅਗਰ ਜੋ ਵੀ ਥੀਵੇ ਹਾਲਤ ਹੈ ਕਿ ਬਈ ਇਲੈਕਸ਼ਨ ਥਏ ਤੇ ਇਹਨਾਂ ਕੋ ਤਾਂ ਹਾਫਿਜ਼ ਸਲਮਾਨ ਬਟ ਸਾਹਿਬ ਕੋ 1000 ਕੇ 1200 ਵੋਟ ਮਿਲੇ। ਸਰ ਇਹ ਕਿਆ ਤੁਸੀਂ ਲਾਹੌਰ ਖੁਦ ਰਹਿੰਦੇ ਹੋ ਅੱਜ ਕੱਲ੍ਹ? ਮੈਂ ਤਾਂ ਟਰਕੀ ਦਾ ਮਾਡਲ ਕਾਮਯਾਬ ਮੁਸਲਮਾਨਾਂ ਦੀ ਤਾਰੀਖ ਨਾਕਾਮ ਦੀ ਗੱਲ ਇਹ ਚੀਜ਼ਾਂ ਲਿਖੇਦਾ ਤੂੰ ਤਾਂ ਵੱਲ ਪੈ ਗੁਸਲ ਹਾਫ ਸਲਮਾਨ ਬਟ ਤੇ ਗਿਣਾ ਦੇ। ਮੈਂ ਤਾਂ ਗਿਰਵਿੰਦ ਇਸਤੰਬੋਲ ਉਹਨਾਂ ਦੇ ਲਿਖੇਦਾ ਕਿ ਕਿਆ ਉਹਨਾਂ ਨੇ ਤਰੀਕੇ ਨਾਲ ਆਪਣੀ ਜ਼ਿੰਦਗੀ ਸੰਵਾਰੀ ਹੈ, ਮੁਸਲਮਾਨਾਂ ਨੇ ਕਿਵੇਂ ਉਹ ਕਾਮਯਾਬ ਥੇ, ਕਿਵੇਂ ਆਪਣੇ ਬਾਲਾਂ ਦੀ ਯਕੀਨੇ ਪੈਣ ਇੰਟਰਪਸ਼ਨ ਕਰੇਂਦਾ ਪਿਆ ਆ ਤੁਸਾਂ ਉਹਨਾਂ ਦੇ ਵੱਲ ਮੈਂ ਕੋ ਲਾਹੌਰ ਦੇ ਇਲੈਕਸ਼ਨ ਵਿੱਚ ਜਮਾਤ ਇਸਲਾਮੀ ਦੀ ਜਮਾਤ ਨਾਲ ਤੁਰਕੀ ਦੀ ਇੱਕ ਬਈ ਚੀਜ਼ ਭੁੱਲ ਗਏ ਤੁਸਾਂ ਖਾਨ ਸਾਹਿਬ, ਮਤਲਬ ਤੁਸਾਂ ਮੈਂ ਤਾਂ ਕੋਈ ਕੱਟ ਕਰੇ ਤਾਂ ਬਸ ਜ਼ਰੂਰੀ ਹੈ। ਤੁਰਕੀ ਦੇ ਇੱਕ ਰਾਈਟ ਔਨ ਔਰਫਨ ਇਜ਼ ਅ ਨੋਬਲ ਪੀਸ ਪ੍ਰਾਈਜ਼ ਵਿਨਰ, ਤੁਹਾਨੂੰ ਪਤਾ ਹੈ 2003 ਦੇ ਵਿੱਚ ਉਹਨਾਂ ਕੋਲ, ਸੋਰੀ 2006 ਤੁਰਕੀ ਦੇ ਔਰਫਨ ਹੈ ਜਿਹੜਾ ਉਹਦਾ ਨਾਂ ਹੈ ਪਿਆ, ਹੀ ਵਾਜ਼ ਡਿਕਲੇਅਰ ਐਜ਼ ਨੋਬਲ ਪੀਸ ਵਿਨਰ ਫਾਰ ਲਿਟਰੇਚਰ, ਉਹਦਾ ਨਾਵਲ ਹੈ ਉਹਦਾ ਇਹਦੇ ਉੱਤੇ ਕਿ ਮਾਈ ਨੇਮ ਇਜ਼ ਰੈੱਡ, ਉਹ ਕੋ ਉਹਨਾਂ ਨੇ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਹੋਇਆ। ਅੱਛਾ, ਇਵੇਂ ਮਿਸਰ 'ਚ ਵਜੋਂ ਉੱਥੇ ਨਜੀਬ ਮਹਿਫੂਜ਼ ਕੋ ਮਿਲਿਆ ਹੋਵੇ, ਮਤਲਬ ਮੁਸਲਿਮ ਵਰਲਡ 'ਚ ਅਗਰ ਲਿਟਰੇਚਰ ਦੇ ਉੱਤੇ ਕਹੀਂ ਕੋ ਮਿਲੇ ਨਾ, ਇਹੋ ਨਜੀਬ ਮਹਿਫੂਜ਼ ਕੋ ਮਿਲੇ, ਸਾਰੇ ਸਾਇੰਟਿਸਟ ਨੂੰ ਮਿਲਿਆ, ਨਹੀਂ ਉਹ ਤਾਂ ਸਾਇੰਟਿਸਟ ਮੈਂ ਲਿਟਰੇਚਰ ਦੀ ਗੱਲ ਕਰ ਰਿਹਾ, ਸਾਇੰਟਿਸਟ ਦਾ ਜੋ ਹਸ਼ਰ ਥਾ ਹੈ ਕਿ ਹੀ ਹੈਜ਼ ਟੂ ਲੀਵ ਦਿਸ ਕੰਟਰੀ ਐਂਡ ਹੀ ਵਾਜ਼ ਬਰੀਡ ਅਬਰਾਡ, ਉਹ ਵੀ ਤਾਂ ਸਾਇੰਸਦਾਨ ਦਾ ਹਸ਼ਰ ਜੋ ਇੱਥੇ ਥਿਆ ਇਹ ਮੁਲਕ 'ਚ ਤੁਹਾਡੇ ਸਾਹਮਣੇ ਹੈ ਪਿਆ ਕਿ ਉਹ ਉਹਨਾਂ ਕੋਈ ਆਪਣੀ ਜਾਨ ਬਚਾਉਣ ਵਾਸਤੇ ਮੁਲਕ ਛੋੜ ਕੇ ਬਾਹਰ ਬਹਿਣਾ ਪਿਆ। ਅਤੇ ਮੈਂ ਇਹ ਤੋਂ ਤਾਂ ਗੱਲ ਪਿਆ ਕਰਨਾ ਕਿ ਤੁਸੀਂ ਕੰਪੈਰੀਜ਼ਨ ਡਰਾ ਕੀਤਾ, ਇਹ ਕੰਪੈਰੀਜ਼ਨ ਬਣਦਾ ਪਾਕਿਸਤਾਨ ਦੇ ਤੁਰਕੀ ਦਾ? ਮੈਂ ਤਾਂ ਕੰਪੈਰੀਜ਼ਨ ਤਾਂ ਨਹੀਂ ਬਣਦਾ ਬਿਲਕੁਲ ਕਿਸੇ ਤਰੀਕੇ ਨਾਲ, ਕਿਉਂਕਿ ਕੋਈ ਬੰਦਾ 100 ਮੰਜ਼ਿਲ 'ਤੇ ਖੜ੍ਹਾ ਅਤੇ ਅਸਾਂ ਹਾਲੀ ਪਹਿਲੀ ਮੰਜ਼ਿਲ 'ਤੇ ਵੀ ਨਹੀਂ ਪਹੁੰਚੇ, ਲਿਹਾਜ਼ਾ ਉਹ ਹਿਸਾਬ ਨਾਲ ਤਾਂ ਨਹੀਂ ਬਣਦਾ, ਕਦਰਾਂ ਦੇ ਹਿਸਾਬ ਨਾਲ ਹੋ ਸਕਦੇ ਤਰੱਕੀ, ਕੋਈ ਨੰਬਰ ਈ ਹਿਸਾਬ ਨਾਲ, ਟਰੇਡ ਸ਼ਰੇਡ ਕੋਈ ਜੀ ਡੀ ਪੀ ਦੇ ਹਿਸਾਬ ਨਾਲ ਕੋਈ ਅਸਾਂ ਚਲੋ ਈ ਪੋਜੀਸ਼ਨ ਨਾ ਹੋ, ਮੈਂ ਕਦਰਾਂ ਦੀ ਗੱਲ ਪਿਆ ਕਰਦਾ ਜਿੱਥਾ ਕਿ ਮੁਲਕ 'ਚ ਆਪਣੇ ਬਾਲ ਬੱਚੇ ਅਗਲੀ ਪੀੜ੍ਹੀ ਜਿਹੜੀ ਹੈ ਉਹ ਕਿਸ ਪਾਸੇ ਵਹਿੰਦੀ ਪਈ ਹੈ, ਉਹ ਉਹਦੀ ਕਿਆ ਡਾਇਰੈਕਸ਼ਨ ਹੈ, ਉਹਨਾਂ ਦੀ ਲੀਡਰਸ਼ਿਪ ਨੇ ਉਹਨੂੰ ਕਿਆ ਦਿੱਤਾ, ਔਰ ਅਸਾਂ ਆਪਣੀ ਦੇਖਦੇ ਹਾਂ ਕਿ ਅਸਾਂ ਸਾਰਾ ਦਿਨ ਇਹਨਾਂ ਬੰਦਿਆਂ ਦੀ ਬੁਰਾਈਆਂ ਦੇਖ ਦੇਖ ਕੇ ਸਾਰਾ ਦਿਨ ਦਿਲ ਨਹੀਂ ਕਰਦਾ ਕਿ ਯਾਰ ਇਹ ਅਸਾਂ ਸਾਡੇ ਨਾਲ ਕਿੱਥੇ ਨਾ ਪਏ, ਹੈ ਅਖਰਾਜਾਤ ਕੋ ਦੇਖੋ, ਚੀਜ਼ਾਂ ਕੋ ਦੇਖੋ, ਇਹ ਦੇਖੋ ਨਾ ਜਿਹੜੀ ਹੈਗ ਨੂੰ ਕੱਲ੍ਹ ਇਹਨਾਂ ਨੇ ਕਾਨਫਰੰਸਾਂ ਕੀਤੀਆਂ, ਉਹਨਾਂ 'ਚ ਕੋਈ ਬੰਦਾ ਹੈ ਹੀ ਜਿਹੜਾ ਟੈਕਨੀਕਲ ਬੰਦਾ ਹੋਵੇ? ਟਾਪਿਕ ਤਾਂ ਅਸਾਂ ਨਹੀਂ ਹੈ, ਲੇਕਿਨ ਇੱਕ ਥੋੜ੍ਹਾ ਟੱਚ ਕਰੇ ਸੂੰ, ਅਗਰ ਗੁਫ਼ਤਗੂ ਰੁਖ ਬਦਲ ਹੋਏ ਸੀ ਜੀ ਮੈਂ ਤਾਂ ਕਹਾਂ ਇਹ ਹੈਕਟਰ ਕੀ ਨੇ ਇਹ ਕਮਾਲ ਕੀਤੇ ਵੇ, ਇਹ ਜਿਹੜੇ ਆਏ ਨਾ ਇਹਨਾਂ ਨੇ ਆਖਿਆ ਕਿ ਪਾਕਿਸਤਾਨ ਇਸਤੰਬੋਲ ਤੋਂ ਇਸਲਾਮਾਬਾਦ ਤੱਕ ਅਸਾਂ ਰੇਲਵੇ ਦੇ ਜਿਹੜੇ ਹਨ ਨਾ ਲਿੰਕ ਮਜ਼ਬੂਤ ਕਰੇ ਸੂੰ, ਉਹਦੇ ਵਿੱਚ ਉਹਦੀ ਲਾਗਤ ਪਤਾ ਕੀ ਹੈ ਜਨਾਬ ਕੋ? ਉਹਦੀ ਲਾਗਤ ਦੇਵੇ 20 ਅਰਬ ਡਾਲਰ ਰੁਪਏ, 20 ਅਰਬ ਡਾਲਰ ਦੀ ਇਹ ਟੋਟਲ ਸਕੀਮ ਹੈ, ਜਿਹੜੇ ਕਿ ਕੁਛ ਪੀਰੀਅਡ ਆਫ ਈਅਰਸ ਵਿੱਚ ਇਹਦੇ 'ਚ ਈਰਾਨ ਟਰਕੀ ਪਾਕਿਸਤਾਨ ਦਾ ਜਿਤਨਾ ਲਿੰਕ ਹੈ ਇਹਦੇ ਉੱਤੇ ਅਖਰਾਜਾਤ ਥੀ ਸਨ, ਔਰ ਉਹ ਚਾਹੁੰਦੇ ਨੇ ਕਿ ਇੱਥੋਂ ਜਿਹੜੀ ਸ਼ਾਇਦ ਚੱਲੇ ਸਿੱਧੀ ਉੱਥੇ ਪਹੁੰਚੇ। ਇਹ ਦੇਖੋ ਇਹ ਹੈ ਉਹ ਪਾਕਿਸਤਾਨ ਦੇ ਨਾਲ ਕਿਵੇਂ ਤਾਲੁਕਾਤ ਬਣਦੇ ਪਏ, RCD ਔਰ ਉਹ ਸਾਰੀ ਤਰਫ ਹੁਣ ਮਾਇਲ ਹਨ ਕਿ ਅਸਾਂ ਇਹ ਪਾਸੇ ਦੀ ਖਿੱਤੇ 'ਚ ਅਫਗਾਨਿਸਤਾਨ 'ਚ ਉਹਨਾਂ ਦਾ ਅਮਲ ਦਖਲ ਹੈ, ਉਹ ਆਖਦੇ ਕਿ ਬਈ ਇਹ ਰਿਜਤ ਪਸੰਦੀ ਤੋਂ ਨਿਕਲੇ ਜੀ। ਅਬਦੁੱਲਾ ਗੁਲ ਸਾਹਿਬ ਨੇ ਜਿਹੜੀ ਇੱਕ ਬਾਈ ਫੇਵਰ ਕੀਤੀ ਹੋਈ ਸਾਕੋ ਜੀ, ਉਹ ਜਿੱਥਾਂ ਜਿੱਥਾਂ ਤੂੰ ਥੋੜ੍ਹਾ ਚੀਜ਼ਾਂ ਭੁੱਲਦੇ ਵੈਸੋ, ਮੈਂ ਇਹ ਵੀ ਹੈ ਜਨਾਬ ਵੀ ਤਾਂ ਆਖਿਰ ਕਈ ਸਾਰੇ ਜਾਣਦੇ ਨਾ, ਤੁਹਾਡਾ ਮੁਸ਼ਾਹਿਦਾ ਹੈ ਤੁਹਾਨੂੰ ਯਾਦ ਚੀਜ਼ ਸ਼ਬਾਜ਼ ਸ਼ਰੀਫ ਸਾਹਿਬ ਤੁਹਾਨੂੰ ਯਾਦ, ਤੁਸੀਂ ਪਿਛਲੀ ਵਾਰ ਤੁਰਕੀ ਤਸ਼ਰੀਫ ਗਿਣ ਗਏ ਕੁਝ ਵਾਰ ਪਹਿਲਾਂ, ਉਹਨਾਂ ਨੂੰ ਉੱਥੇ ਵੰਜ ਕੇ ਦੋ ਗੱਲ ਹੀ ਉੱਥੋਂ ਸਾਹਮਣੇ, ਇੱਕ ਤਾਂ ਉਹਨੂੰ ਆ ਕੇ ਪਾਕਿਸਤਾਨ ਕੋ ਅਬਦੁੱਲਾ ਗੁਲ ਜੈਸੇ ਲੀਡਰ ਦੀ ਜ਼ਰੂਰਤ ਹੈ, ਬਿਆਨ ਛਪਿਆ, ਮਤਲਬ ਅਸਾਂ ਅਬਦੁੱਲਾ ਗੁਲ ਨਹੀਂ ਬਣਨਾ, ਅਸਾਂ ਅਬਦੁੱਲਾ ਗੁਲ ਵਾਲੀ ਪਾਲਿਸੀ ਵੀ ਨਹੀਂ ਕਰਨਾ, ਅਸਾਂ ਆਪਣਾ ਹਾਊਸ ਇਨ ਆਰਡਰ ਵੀ ਨਹੀਂ ਕਰਨਾ, ਆਪਣੇ ਆਪ ਕੋ ਗੁੱਡ ਗਵਰਨੈਂਸ ਵੀ ਨਹੀਂ ਕਰਨੀ, ਅਸਾਂ ਵਨ ਮੈਨ ਸ਼ੋਅ ਚਲਾਉਣਾ ਪੰਜਾਬ ਵਿੱਚ, ਅਸਾਂ ਤਾਂ ਇਵੇਂ ਰਾਸੂ, ਲੇਕਿਨ ਕੋਈ ਅਸਮਾਨ ਤੋਂ ਬਹਿ ਪਾਸੇ ਵੀ ਅਬਦੁੱਲਾ ਗੁਲ ਉਤਰੇ ਨੰਬਰ 1 ਸਰ, ਫੈਡਰਲ ਗਵਰਨਮੈਂਟ ਦੀ ਇੱਕ ਬੰਦਾ ਇੱਥੇ ਪੰਜਾਬ ਵਿੱਚ ਇੱਕ ਬੰਦਾ ਪੰਜਾਬ ਦੀ, ਔਰ ਕੋਈ ਗਵਰਨੈਂਸ ਕੋਈ ਨਹੀਂ, ਕੋਈ ਆਪਣਾ ਇਦਾਰਾ ਕੋਈ ਮਜ਼ਬੂਤ ਪੇ ਸੀ ਨਾ ਹੋਵੇ, ਉਹ ਸੂਬਾ ਉੱਠਦੇ ਜਿਹੜੇ ਅਹਿਕਾਮਾਤ ਉਹਨਾਂ ਨੂੰ ਚੱਲ ਗਏ, ਕੈਬਨਿਟ ਦੀ ਮੀਟਿੰਗ ਕਦੇ ਨਹੀਂ ਥਈ, ਕੈਬਨਿਟ ਮੀਟਿੰਗ ਕੋਈ ਨਹੀਂ, ਪੰਜਾਬ ਵਿੱਚ ਕੈਬਨਿਟ ਮੀਟਿੰਗ ਨਹੀਂ ਥਈ, ਫੈਡਰਲ ਲੈਵਲ ਤੇ ਕਮ ਸੇ ਕਮ ਹਫਤੇ ਦੋ ਹਫਤੇ ਬਾਅਦ ਮੀਟਿੰਗ ਤਾਂ ਥੀਂਦੀ ਅੱਛੀ ਬੁਰੀ।